ਗਾਈਸ ਕੀ ਹਾਲ ਚਾਲ ਸਭ ਲੋਕ ਸਾਰੇ ਵਧੀਆ ਹੋਣਗੇ। ਬਾਗੀ ਨੇ ਤਾਂ ਬੋਲਿਆ ਹੀ ਬੋਲਿਆ ਸੀ, ਹੁਣ ਜੇ ਟਰੈਕ ਨੇ ਵੀ ਕੁਛ ਬੋਲਿਆ ਅਤੇ ਅਲੀ ਨੇ ਉਸ ਚੀਜ਼ 'ਤੇ ਵੀਡੀਓ ਪਾਈ ਹੈ ਅਤੇ ਸਿੱਧੂ ਬਾਈ ਦਾ ਗਾਣਾ ਵੀ ਛੇਤੀ ਕਨਫਰਮ ਹੈ ਆ ਰਿਹਾ। ਪਲੱਸ ਚੈੱਕ ਇਟ ਕਿ ਜੇ ਟਰੈਕ ਦੇ ਮੈਨੂੰ ਕਾਫੀ ਲੋਕਾਂ ਦੇ ਮੈਸੇਜ ਆਏ ਬਣ ਕੇ ਕਈ ਯਾਰ, ਤਾਂ ਮੈਂ ਤੁਹਾਨੂੰ ਇਸ ਤੱਕ ਆ ਕੇ ਬਾਈ ਤੁਸੀਂ ਜੇ ਟਰੈਕ ਬਾਰੇ ਕੁਛ ਨਹੀਂ ਬੋਲੇਗਾ। ਮੈਨੂੰ ਐਕਚੁਅਲ 'ਚ ਪਤਾ ਹੀ ਲੱਗਿਆ ਜੇ ਟਰੈਕ ਕਦੋਂ ਅਤੇ ਕੀ ਬੋਲ ਗਿਆ ਹੈ ਨਾ। ओरिजिनल ਤਾਂ ਨਹੀਂ ਹੋਇਆ ਬਟ ਭੂਮੀਆ ਪੱਜ ਦੀ ਇੰਸਟਾ ਪ੍ਰੋਫਾਈਲ ਤੇ ਦੋਬਾ ਦੋਬਾ ਸੌਂਗ ਦਾ ਰੀਮਿਕਸ ਰੈਪ ਵਰੀਅਨ ਆਇਆ ਜਿਹੜਾ ਕਿ ਬੜਾ ਹੀ ਕ੍ਰੇਜ਼ੀ ਸਾਊਂਡ ਕਰ ਰਿਹਾ, ਤੁਸੀਂ ਸੁਣ ਕੇ ਵੇਖੋ। ਕਦੀ ਦੁਨੀਆ ਤੇ ਮਿਲਿਆ ਤੂੰ ਪਰੇ ਹੋ ਕੇ ਹਾਂ ਉਹਨੇ ਆਪਾਂ ਗੱਲ ਕਰਨੇ ਨੇ ਸਿੱਧੂ ਮੂਸੇ। ਓਕੇ, ਇਹ ਕਿਤੇ ਆਣਾ ਤਾਂ ਨਹੀਂ ਸੀ ਇਹਦੇ ਤੇ ਕੁਝ ਕੇ ਫਨ ਕੀ ਚੱਕਰ ਹੋਇਆ। ਕਦੀ ਦੁਨੀਆ ਤੇ ਮਿਲਿਆ ਤੂੰ ਪਰੇ ਹੋ ਕੇ ਹਾਂ ਉਹਨੇ ਆਪਾਂ ਗੱਲ ਕਰਨੇ ਨੇ ਸਿੱਧੂ ਮੂਸੇ ਵਾਲੇ ਬਾਈ ਦੀ। ਗੁੱਡ, ਬਾਕੀ ਆਪਾਂ ਚੈੱਕ ਕਰਾਂਗੇ ਜ਼ਰੂਰ ਜਾ ਕੇ ਬਾਅਦ ਚੋਂ ਚੰਗੀ ਤਰ੍ਹਾਂ। ਲਾਈਕ ਹੁਣ ਸੁਣ ਕੇ ਦੇਖੀਏ, ਇੱਥੇ ਇੱਕ ਮਿੰਟ ਲੱਗਣਾ ਬਸ। Bohemia, I am Bohemia. ਅੱਗੇ ਵੀ ਹੈਗਾ ਕਿ ਇੰਨਾ ਕੀ ਹੈ? ਇਹ ਨਾ ਕਾਈਂਡ ਆਫ ਰੀਮਿਕਸ ਜਿਹਾ ਲੱਗਦਾ ਕਿਸੇ ਨੇ ਕ੍ਰੀਏਟ ਕੀਤਾ ਜਾਂ ਇਦਾਂ ਦਾ ਕੁਝ ਹੈ ਨਾ। ਮੋਸਟ ਐਪ ਚ ਇੱਕ ਅੰਡਰਨੈਟਿਕ ਸੌਂਗ ਜਿਹੜਾ ਕਿ ਅੱਜ ਕੱਲ ਦੇ ਦਿਨਾਂ 'ਚ ਬੜਾ ਟ੍ਰੈਂਡਿੰਗ ਚੱਲ ਰਿਹਾ ਹੈ। ਤੂੰ ਮੈਂ ਕਿਵੇਂ ਪਤਾ ਚਲਾ? ਅਭੀ ਬਤਾ ਦੇ ਭਾਈ। ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਸਾਵਨ ਦਾ ਮੌਸਮ, ਬਾਰਿਸ਼ਾਂ ਹੋ ਰਹੀਆਂ ਨੇ। ਹਾਂ ਬਿਲਕੁਲ। ਸਿੱਧੂ ਭਾਈ ਦੀ ਮੋਸਟ ਐਪ ਜੋ ਅਰੋਮਾ ਟ੍ਰੈਕ ਵੀ ਐ ਲਾਈਨ ਇੰਸਟਾਗ੍ਰam ਟਿਕਟੌਕ ਤੇ ਅੰਡਰਰੇਟਡ ਤਾਂ ਨਹੀਂ ਸੀ। ਗਾਣਾ ਅਰੋਮਾ ਤਾਂ ਬਹੁਤ ਪਸੰਦ ਆਇਆ ਸੀ ਯਾਰ ਸਾਰਿਆਂ ਨੂੰ। ਅਦਰ ਸੋਸ਼ਲ ਪਲੇਟਫਾਰਮ ਤੇ ਟ੍ਰੈਂਡਿੰਗ ਨੇ ਆਈ ਲਵ ਯੂ ਸੋ ਮਚ, ਆਈ ਮਿਸ ਯੂ ਸੋ ਮਚ, ਕੁਮ ਕੁਮ ਕੇ ਮੇਰੇ ਤੇ ਇੰਜ ਬਰਸੀ। ਰੱਖੇ ਗਏ ਨੇ ਲਾਈਕ, ਉੱਤੋਂ ਪਤਾ ਲੱਗਦਾ ਕਿ ਦਲਜੀਤ ਭਾਅ ਜੀ ਤਾਂ ਇੱਦਾਂ ਦਾ ਕੰਮ ਕਰਦੇ ਆ ਕਿ ਮੈਂ ਕੱਚ ਛੱਡਣਾ ਹੀ ਨਹੀਂ ਹੈ ਨਾ, ਇੰਨੇ ਪਰਫੈਕਟ ਟਾਈਪ ਦਾ ਕੰਮ। ਸੋ ਦਲਜੀਤ ਭਾਅ ਜੀ ਵੀ ਬੈਕ ਟੂ ਬੈਕ ਗਾਣੇ ਸੱਟ ਰਹੇ ਨੇ। ਵਾਹ ਜੀ ਵਾਹ, ਤੁਹਾਨੂੰ ਪਤਾ ਕਿਉਂ? ਤੂੰ ਸਮਝਾ। ਹੁਣ ਆਪਾਂ ਮਾਰਸ਼ ਮੈਲੋ ਤੇ ਸਿੱਧੂ ਮੂਸੇਵਾਲੇ ਬਾਈ ਦੀ ਗੱਲ ਕਰ ਲਈਏ ਤੇ ਮਾਰਸ਼ ਮੈਲੋ ਨੇ ਸਿੱਧੂ ਬਾਈ ਨੂੰ ਤਰਦੂਦ ਦਿੱਤੀ। ਕਿਤੇ ਅਲੀ ਦੇ ਕਹਿੰਦੇ ਮਤਲਬ ਇਹ ਤਾਂ ਨਹੀਂ ਕਿ ਦਲਜੀਤ ਭਾਈ ਸੈਕਿੰਡ ਨੰਬਰ ਤੇ ਆ ਗਏ ਸਪੋਟੀਫਾਈ ਤੇ, ਤਾਂ ਹੁਣ ਉਹ ਚਾਹੁੰਦੇ ਨੇ ਕਿ ਫਿਰ ਤੋਂ ਗਾਣੇ ਬੈਕ ਟੂ ਬੈਕ ਕੱਢੀਏ ਤੇ ਵਿਊਜ਼ ਜ਼ਿਆਦਾ ਆਉਣ, ਸਟ੍ਰੀਮਾਂ ਜ਼ਿਆਦਾ ਆਉਣ, ਫਿਰ ਉੱਪਰ ਚੱਲੀਏ। ਹੋ ਸਕਦਾ ਬਾਕੀ ਦੱਸ ਹੈ। ਹਾਂ ਭਈ ਹਾਂ, ਇਹ 30 ਮਿਲੀਅਨ ਪਲੱਸ ਇੰਸਟਾਗ੍ਰam ਫਾਲੋਅਰਸ ਵਾਲਾ ਵਰਲਡ ਵਾਈਡ ਬਿਲੀਅਨ ਸਟ੍ਰੀਮਸ ਕੈਰੀ ਕਰਨ ਵਾਲਾ ਸਿੰਗਰ ਜਿਹਨੂੰ ਕਰਨ ਵਾਲਾ ਤੇ ਬਾਦਸ਼ਾਹ ਵੀ ਫਾਲੋ ਕਰਦੇ ਨੇ, ਇਹ ਇੰਸਟਾਗ੍ਰam ਤੇ ਸਿੱਧੂ ਮੂਸੇਵਾਲੇ ਬਾਈ ਨੂੰ ਫਾਲੋ ਕਰਦੇ, ਨਾਲ ਇਹਨੇ ਸਿੱਧੂ ਬਾਈ ਦੀ ਇੱਕ ਪ੍ਰਿੰਟਡ ਸ਼ਰਟ ਜਿਹਦੇ ਤੇ ਸਿੱਧੂ ਮੂਸੇਵਾਲੇ ਬਾਈ ਦੀ ਪੋਰਟਰੇਟ ਤੁਸੀਂ ਵੇਖ ਸਕਦੇ ਜੇ, ਉਹ ਪਾ ਕੇ ਟ੍ਰਿਬਿਊਟ ਦਿੱਤਾ ਸੀ ਸਿੱਧੂ ਬਾਈ ਨੇ। ਇੱਥੋਂ ਕਰ ਰੁਤਬਾ ਤੂੰ ਚੈੱਕ ਸੋ। ਪਰ ਮੈਨੂੰ ਕਈਆਂ ਨੇ ਕਿਹਾ ਸੀਗਾ ਕਿ ਲਾਈਕ ਉਹ ਫੋਟੋ ਫੇਕ ਸੀਗੀ, ਲਾਈਕ ਉਦੋਂ ਤਾਂ ਕੁਝ ਨਹੀਂ ਸੀਗਾ, ਮਾਰਸ਼ਮੈਲੋ ਨੇ ਨਹੀਂ ਕੀਤਾ ਸੀਗਾ, ਬਾਕੀ ਤੁਸੀਂ ਕਮੈਂਟ 'ਚ ਕਨਫਰਮ ਕਰ ਸਕਦੇ ਹੋ। ਮੈਨੂੰ ਕਈਆਂ ਨੇ ਕਿਹਾ ਸੀ ਫੇਕ ਹੈ, ਲਾਈਕ ਹੋ ਵੀ ਸਕਦਾ ਰੀਅਲ ਹੋਵੇ ਜੇ ਉਹ ਸਿੱਧੂ ਬਾਈ ਨੂੰ ਫੋਲੋ ਕਰਦਾ ਹੈ ਨਾ, ਤਾਂ ਹੋ ਵੀ ਸਕਦਾ। ਪਰ ਮੈਂ ਤੁਹਾਨੂੰ ਇੱਕ ਆਰਟਿਸਟ ਦਾ ਰੀਅਲ ਫੇਸ ਵਿਖਾਣਾ ਜੋ ਕਿ ਸਿੱਧੂ ਬਾਈ ਦੇ ਜਿਉਂਦਾ ਜੀ ਕੁਝ ਹੋਰ ਸੀ, ਬਟ ਸਿੱਧੂ ਬਾਈ ਦੀ ਜਾਣ ਪਿੱਛੋਂ ਉਹਨਾਂ ਦੀ ਮਿਲਕਿੰਗ ਕਰਨ ਲੱਗ ਗਿਆ। ਜਿੰਨੀ ਦੇਰ ਤੱਕ ਮੇਰੇ ਸਾਹਮਣੇ ਇੱਕ ਕਲਿੱਪ ਨਹੀਂ ਆਈ ਸੀ, ਮੈਂ ਵੀ ਆਰਟਿਸਟ ਨੂੰ ਬਹੁਤ ਹੀ ਚੰਗਾ ਸਮਝਦਾ ਸੀ ਕਿ ਸਿੱਧੂ ਬਾਈ ਨੂੰ ਪ੍ਰਮੋਟ ਕਰਦਾ, ਸਿੱਧੂ ਬਾਈ ਦੇ ਰੈਫਰੈਂਸ ਦਿੰਦਾ ਗਾਣਿਆਂ 'ਚ, ਬਟ ਪਹਿਲੇ ਤੁਸੀਂ ਸਿੱਧੂ ਬਾਈ ਦੀ ਵੋਟਾਂ ਹਾਰਨ ਤੋਂ ਬਾਅਦ ਵਾਲੀ ਇਹਦੀ ਆਹ ਕਲਿੱਪ ਸੁਣੋ। ਮੂਸੇ ਵਾਲੇ ਗੱਲ ਸੁਣ, ਪੈਸੇ ਲਾ ਕੇ ਸੁਣਾਈ ਦੇ ਥੋੜੀ ਮੰਮਾ ਲੋਕਾਂ ਨੂੰ। ਯਹੀ ਨਹੀਂ, ਅਭੀ ਔਰ ਸੁਣੀਏ। ਤੇਰਾ ਦਿਲ ਛੋਟਾ ਸਿੱਧੂ, ਅਸਲ ਮੈਨੂੰ ਬਹੁਤ ਗਲਤ ਲੱਗੀ ਸੀ ਜੀ, ਬਹੁਤ ਗਲਤ ਲੱਗੀ ਸੀ ਚੀਜ਼, ਅਤੇ ਇਸ ਚੀਜ਼ 'ਤੇ ਮੈਨੂੰ ਲੱਗਦਾ ਕੋਈ ਸਫਾਈ ਸਫੂਈ ਵੀ ਹੈ ਨਾ, ਕੁਛ ਨਹੀਂ ਦਿੱਤਾ ਹੈ ਨਾ ਬਾਕੀ ਨੇ ਇਸ ਚੀਜ਼ ਦੀ ਵੋਟਾਂ ਦਾ ਚੱਕਰ ਯਾਰ। ਪਾਰਟੀਕੁਲਰਲੀ ਮੈਨੂੰ ਖੁਦ ਪਸੰਦ ਸੀ ਯਾਰ ਇਹਦੇ ਗਾਣੇ ਬੰਦੇ ਦੇ, ਪਰ ਮਾਰ ਗਿਆ ਤੇ ਹੁਣ ਇਹ ਸਟੇਜਾਂ ਤੇ ਕੀ ਕਹਿੰਦਾ ਹੈ? ਏ ਗੱਡੀ ਦੇ ਵਿੱਚ ਚੱਲਦਾ ਬਾਪੂ ਬਲਕੌਰ ਦਾ ਛੋਟਾ। ਤੋ ਯਾਰ ਇਹ ਤੇ ਇੱਕ ਹੀ ਗੱਲ ਕਰਾਂਗਾ ਕਿ ਸੈਟਲ ਦਾ ਵੀ ਸਟੈਂਡ ਹੁੰਦਾ ਹੈ। ਕੀ ਬਾਤ ਹੈ, ਸਲਾਮ ਅੱਗੇ ਵਧਿਆ। ਆਪਾਂ ਇੱਕ ਆਰਟਿਸਟ ਦੀ ਗੱਲ ਕਰ ਲੈਣੇ ਜਿਹਨੇ ਸਿੱਧੂ ਬਾਈ ਦੀ ਡੈਥ ਦਾ ਮਜ਼ਾਕ ਉਡਾਇਆ ਹੈ। ਅਰੇ
कौन भौंक रहा है ये बदतमीज? ये म्यूजिक प्रोड्यूसर है बट इन रीसेंटली जो गलत गल है सनी मार्टिन करन ओला भाई तो रणवीर ਦਾ ਬਾਦ ਯਾਰੀ ਪੋਡਕਾਸਟ ਵਾਲੀ ਸਟੋਰੀਆਂ ਲਾ ਰਿਹਾ ਸੀ ਉਦੋਂ ਇਹਨੇ ਉਹ ਸਟੋਰੀ ਨੂੰ ਸ਼ੇਅਰ ਕਰਦੇ ਆਇਆ 1 ਮਿੰਟ ਕੀਤਾ ਸੀ ਕਿ ਆਪਣੀ ਆਲ ਆਰ ਇੰਡਸਟਰੀ ਡਸ ਇਸ ਹੇਟ ਔਨ ਈਚ ਅਦਰ ਫॉर ਨੋ ਰੀਜ਼ਨ ਜ਼ੀਰੋ ਗਰੋਥ ਇੰਡਸਟਰੀ ਚ ਕਿੰਨੀ ਨੈਗੇਟਿਵਿਟੀ ਹੈ ਨੋ ਗਰੋਥ ਇੱਦਾਂ ਦੀ ਗੱਲਬਾਤ ਕੀਤੀ ਸੀ ਬਟ ਜਦੋਂ ਇੱਕ ਫੈਨ ਪੇਜ ਨੇ ਇਹਦੇ ਨਾਲ ਗੱਲ ਕੀਤੀ ਅੱਗੋਂ ਇਹਨੇ ਸਿੱਧੂ ਭਾਈ ਦੇ ਬਾਰੇ ਬੜੇ ਗਲਤ ਗੱਲਬਾਤ ਕੀਤੀ ਤੁਸੀਂ ਆਪ ਨੂੰ ਰੋਕ ਕੇ ਸਿੱਧੂ ਡਨ ਹੈ ਬਰੋ ਭੁੱਲ ਜਾ ਅੱਛਾ ਜੇ ਟਰੈਕ ਕਹਿ ਰਿਹਾ ਇਹ ਗੱਲ ਠੀਕ ਹੈ ਇਹਦਾ ਜੇ ਟਰੈਕ ਨੇ ਕਰਨ ਔਜਲੇ ਨੇ ਇੱਕ ਦੋ ਗਾਣੇ ਕੀਤੇ ਆ ਪਹਿਲੀਆਂ 'ਚ ਉਸ ਤੋਂ ਬਾਅਦ ਨਹੀਂ ਕੀਤੇ ਹੈਗੇ ਅਤੇ ਕੋਈ ਨਹੀਂ ਦੇਖ ਲੈਂਦੇ ਹਾਂ ਅੱਗੇ ਉਹ ਅੰਗੂਠੇ ਭੇਜ ਰਿਹਾ ਠੀਕ ਹੈ ਮਤਲਬ ਕੁਛ ਪਤਾ ਲੱਗਾ ਤੇਰੇ ਬਾਪ ਨੇ ਵਾਪਸ ਨਹੀਂ ਹੋਣਾ ਡਨ ਮਤਲਬ ਕਿ ਕਹਿ ਰਿਹਾ ਹੈ ਕਿ ਸਿੱਧੂ ਨੇ ਹੁਣ ਕਦੀ ਵਾਪਸ ਨਹੀਂ ਆਉਣਾ ਠੀਕ ਹੈ ਡਨ ਅਤੇ ਹੱਸ ਰਿਹਾ ਹੈ ਇਸ ਚੀਜ਼ 'ਤੇ ਕੋਈ ਨਾ ਬਲੌਗ ਨਾ ਕਰੀ ਮੈਨੂੰ ਅਗਲੇ ਟਰੈਕ ਤੱਕ ਦੇਖਦੇ ਹਾਂ ਕੌਣ ਕਿਹਦੇ ਤੋਂ ਅੱਗੇ ਆ ਭੁੱਲ ਜਾ ਅੱਛਾ ਜੇ ਇੱਥੇ ਕਹਿੰਦਾ ਸਿੱਧੂ ਮਾਰ ਗਿਆ ਡਨ ਉਹਨੇ ਵਾਪਸ ਨਹੀਂ ਆਉਣਾ ਇਹ ਜੋ ਠੀਕ ਹੈ ਇਹਦਾ ਚਲ ਆਪਾਂ ਦੇਖ ਲਈਏ ਆਪਾਂ ਅੱਗੇ ਚੱਲਦੇ ਹਾਂ ਕੀ ਲਿਖਿਆ ਅੱਗੇ ਹਾਂ ਉਹ ਤੇਰੀ ਜੁਰਤ ਕਿਵੇਂ ਹੋਈ ਤੂੰ ਇਹ ਚਮਿਆਰ ਹੈ ਫਿਰ ਸਿੱਧੂ ਮੂਸੇ ਵਾਲੇ ਭਾਈ ਦੇ ਪੈਰ ਨੂੰ ਕਹਿੰਦਾ ਕਿ ਸਿੱਧੂ ਤੇਰਾ ਬਾਪ ਹੈ ਇੱਕ ਮਿੰਟ ਕਿਵੇਂ ਹੋਈ ਤੂੰ ਇਹ ਚਮਿਆਰ ਹੈ ਫਿਰ ਸਿੱਧੂ ਬਾਲੀਵੁੱਡ ਦੇ ਕੋਈ ਨੰਬਰ ਤੇ ਆ ਜਾਓ ਸੋਚ ਕੀਪ ਡ੍ਰੀਮਿੰਗ ਸਕਦੀ ਅੱਛਾ ਯਾਰ ਗਲਤ ਬਾਹਲਾ ਹੀ ਜਾਣਾ ਹੈ ਨਾ ਉਸ ਤਰੀਕੇ ਨਾਲ ਚੱਲ ਰਿਹਾ ਚੱਲ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਤਾਂ ਉਹ ਇੱਕ ਅਲੱਗ ਬੀਫ ਟਾਈਪ ਦੀ ਚੀਜ਼ ਚਲਾਉਣ ਨੂੰ ਫਿਰਦਾ ਮਤਲਬ ਉਹ ਵੀ ਉਹਨੂੰ ਵੈਸੇ ਲੋੜ ਹੈ ਨਹੀਂ ਸੀ ਇੰਨਾ ਬੋਲਣ ਦੀ ਉਹ ਵੀ ਔਜਲਾ ਸਿੱਧੂ ਵਾਲਾ ਫਿਰ ਮਸਲਾ ਲਿਆ ਰਿਹਾ ਜਿਹਦੀ ਉਹ ਲੋੜ ਨਹੀਂ ਹੈਗੀ ਵਿੱਚ ਲਿਆਉਣ ਦੀ ਚੀਜ਼ ਠੀਕ ਹੈ ਬਟ ਜੇ ਟਰੈਕ ਵੀ ਗਾਲਾ ਗੋਲਾ ਕੱਢਣ 'ਤੇ ਆ ਗਿਆ ਸਿੱਧੂ ਤੇਰਾ ਬਾਪ ਹੈ ਇੱਦਾਂ ਇੱਦਾਂ ਕਰਕੇ ਮਤਲਬ ਅੱਛਾ ਮਤਲਬ ਜਿਹਦੀ ਤੁਸੀਂ ਸਪੋਰਟ ਕਰੋ ਜਾਂ ਜਿਹਦੇ ਤੁਸੀਂ ਹੱਕ 'ਚ ਬੋਲੋ ਉਹ ਤੁਹਾਡਾ ਪਿਓ ਹੋ ਜਾਂਦਾ ਉਸੇ ਭਾਈ ਦੇ ਪੈਰ ਨੂੰ ਕਹਿੰਦਾ ਕਿ ਮੇਰਾ ਤਾਂ ਭਾਈ ਹੈ ਤੇ ਤੇਰਾ ਬਾਪ ਜ਼ਰੂਰ ਲੱਗਦਾ ਹੈ ਨਾ ਨਾਈਸ ਵਨ ਸਿੱਧੂ ਤੇਰਾ ਬਾਪ ਹੈ ਚੁੱਪ ਕਰਕੇ ਬਹਿ ਜਿੰਨੀ ਤੇਰੀ ਕਾਰ ਤੇ ਉੱਥੇ ਰਹਿ ਤੂੰ ਮੇਰੇ ਲੈਵਲ ਦਾ ਆਦਮੀ ਨਹੀਂ ਐ ਛੋੜਿਆ ਇਹ ਤੇ ਦੁੱਖ ਤੇ ਇਸ ਚੀਜ਼ ਦਾ ਕਿ ਇਹਨੇ ਸਿੱਧੂ ਮੂਸੇ ਭਾਈ ਦੀ ਡ੍ਰਿਪੀ ਟਰੈਕ ਦੇ ਵਿੱਚ ARPG ਦੇ ਵਰਸ ਵੀ ਰਿਕਾਰਡ ਕਰਾਈ ਸੀ ARPG ਦੀ ਆਪਾਂ ਨੂੰ ਦੀ ਕਰੰਟ ਸਟੋਰੀ ਚ ਵੀ ਵੇਖਣ ਨੂੰ ਮਿਲ ਰਿਹਾ ਹੈ ਸੋ ਜਦੋਂ ਇੰਨੇ ਨੇੜੇ ਦੇ ਬੰਦੇ ਸਿੱਧੂ ਭਾਈ ਦੀ ਡੈਥ ਬਾਰੇ ਮਜ਼ਾਕ ਬਣਾਉਂਦੇ ਇਹਨਾਂ ਦੇ ਉਤੋਂ ਵਾਕਈ ਬੁਰਾ ਲੱਗਦਾ ਹੈ ਇਹਦਾ ਮਤਲਬ ਇਹ ਹੈ ਨਾ ਕਿ ਜਸਟ ਮਿਲਕਿੰਗ ਹੈ ਜਸਟ ਕੰਪਲੀਟ ਮਿਲਕਿੰਗ ਦਿਨ ਰਾਤ ਮਤਲਬ ਉਸ ਉਹ ਬੰਦੇ ਤੋਂ ਜਿੰਨਾ ਫਾਇਦਾ ਚੱਕਿਆ ਜਾ ਸਕਦਾ ਚੱਕ ਰਹੇ ਨੇ ਬੁਰਾ ਲੱਗਦਾ ਹੈ ਭਾਈ ਆਪ ਲੋਕ ਵੀ ਜਾਣਦੇ ਹੋ ਸਿੱਧੂ ਭਾਈ ਦੀ ਡੈਥ ਤੋਂ ਬਾਅਦ ਸਿੱਖ ਭਾਈਆਂ ਦੇ ਦਿਲ ਟੁੱਟੇ ਆ ਮੁਸਲਮਾਨਾਂ ਦਾ ਦਿਲ ਟੁੱਟਿਆ ਹੈ ਚਿੱਟਿਆਂ ਗੋਰਿਆਂ ਦਾ ਦਿਲ ਟੁੱਟਿਆ ਹਰ ਇੱਕ ਹਿਊਮਨ ਬੀਇੰਗ ਦਾ ਦਿਲ ਟੁੱਟਿਆ ਹੈ ਸੱਚੀ ਇੱਕ ਵਾਰੀ ਯਾਦ ਕਰੋ ਉਹ ਦਿਨ ਜਦੋਂ ਖਬਰ ਆਈ ਸੀਗੀ ਕਿਵੇਂ ਰੋਏ ਸੀਗੇ ਅਜੀਬ ਲੱਗਦਾ ਹੁਣ ਐਂਡ ਤੇ ਪਸੰਦੂ ਭਾਈ ਦੇ ਅਪਕਮਿੰਗ ਸੌਂਗ ਦੀ ਰਿਲੀਜ਼ ਦੇ ਬਾਰੇ ਗੱਲਬਾਤ ਕਰ ਰਹੀ ਹੈ ਤੇ ਦੋ ਵੱਡੇ ਹਿੰਟ ਮਿਲੇ ਨੇ ਰਿਲੀਜ਼ ਦੇ ਬਾਰੇ ਜਿਹਦੇ ਵਿੱਚ ਸਭ ਨਾਲ ਪਹਿਲਾਂ ਸਿੱਧੂ ਭਾਈ ਦੀ ਮੈਨੇਜਮੈਂਟ ਚ ਬੱਟੀ ਬੈਸ ਨੇ ਸਿੱਧੂ ਮੂਸੇ ਭਾਈ ਦੀ ਇੱਕ ਸਟੇਜ ਪਰਫਾਰਮੈਂਸ ਕਲਿੱਪ ਨੂੰ ਸ਼ੇਅਰ ਕਰਦੇ ਸੂਨ ਨਾ ਤਾਂ ਲਿਖਿਆ ਸੂਨ ਉਦੋਂ ਬਾਅਦ ਸਨੀ ਮਾਰਟਨ ਨੇ ਦੁਆਦੇ ਇੱਕ ਫੈਨ ਦੇ ਡੀਐਮ ਮੈਸੇਜ ਉਦੋਂ ਤੇ ਨੇ ਸਿੱਧੂ ਮੂਸੇ ਭਾਈ ਦੀ ਨੈਵਰ ਫੋਲ ਟਰੈਕ ਨੂੰ ਪਲੇ ਕੀਤਾ ਸੀ ਤੇ ਲਿਖਿਆ ਸੀ ਕਾਂਟ ਵੇਟ ਟੂ ਅਨਾਉਂਸ ਮਾਈ ਨੈਕਸਟ ਫੀਚਰ ਅਪੋ ਓਕੇ ਸੋ ਇੱਕ ਦੋ ਟਰੈਕ ਲੈ ਲੈ ਸਕਦਾ ਇਕੱਠੇ ਇਕੱਠੇ ਛੇਤੀ ਛੇਤੀ ਆ ਜਾਣ ਮੂੰਹ ਬੰਦ ਵਾਲੇ ਮੋਜੀ ਲਾਏ ਸਨ ਜਿੱਤੂ ਕਿ ਇਹ ਹੀ ਕੰਫਰਮ ਹੁੰਦਾ ਕਿ ਇਹਦੀ ਵੱਡੀ ਫੀਚਰ ਜੋ ਕਿ ਰਹਿੰਦੀਆਂ ਨੇ ਸਿੱਧੂ ਬਾਈ ਨਾਲ ਉਹਨਾਂ 'ਚ ਕੋਈ ਇੱਕ ਹੋ ਸਕਦੀ ਸੋ ਸਿੱਧੂ ਮੂਸੇ ਬਾਈ ਦਾ ਗਾਣਾ ਹੁਣ ਬੜਾ ਹੀ ਜਲਦ ਤੁਹਾਨੂੰ ਸੁਣਾ ਦਿੱਤਾ ਜਾਏਗਾ ਰਿਲੀਜ਼ ਕਰਕੇ ਚਾਹੀਦਾ ਯਾਰ ਇੱਕ ਨਹੀਂ ਵੈਸੇ ਮੇਰੇ ਹਿਸਾਬ ਨਾਲ ਤਾਂ ਬਾਈ ਬੰਦੇ ਦੀ ਈਪੀ ਚਾਹੀਦੀ ਆ ਹੁਣ ਤਾਂ ਚਾਹੇ ਉਸ ਤੋਂ ਬਾਅਦ 5-6 ਮਹੀਨੇ ਦਾ ਗੈਪ ਪਾ ਲੈਣ ਬਟ ਉਹ 3-4 ਗਾਣੇ ਜਿਹੜੇ ਹੋਣਗੇ ਨਾ ਸਿੱਧੂ ਬਾਈ ਦੇ ਲੈਵਲ ਨੂੰ ਬਹੁਤ ਇੱਕ ਮਤਲਬ ਲੈਵਲ ਇਨ ਦਾ ਸੈਂਸ ਕਿ ਉਹਨਾਂ ਦਾ ਜਿਹੜਾ ਥੋੜ੍ਹਾ ਜਿਹਾ ਗ੍ਰਾਫ ਡਾਊਨ ਆਇਆ ਨਾ ਕਿਤੇ ਨਾ ਕਿਤੇ ਚਾਹੇ ਤੁਸੀਂ ਕਿੰਨਾ ਵੀ ਮਤਲਬ ਉਸ ਚੀਜ਼ ਨੂੰ ਫੈਨ ਹੋ ਸਿੱਧੂ ਬਾਈ ਦੇ ਪਰ ਤੁਸੀਂ ਇਸ ਚੀਜ਼ ਨੂੰ ਮੰਨੋਗੇ ਜੈਨੂਅਨਲੀ ਜੇ ਤੁਸੀਂ ਸੋਚੋਗੇ ਲੋਜੀਕਲੀ ਤਾਂ ਗ੍ਰਾਫ ਡਾਊਨ ਆਇਆ ਕਿਉਂਕਿ ਗਾਣੇ ਹੀ ਨਹੀਂ ਆ ਰਹੇ ਸਟ੍ਰੀਮਸ ਨਹੀਂ ਹੋ ਰਹੀਆਂ ਘੱਟ ਹੋ ਰਹੀਆਂ ਨੇ ਠੀਕ ਆ ਓਬਵੀਅਸਲੀ ਸਾਰੇ ਉੱਦਾਂ ਦੇ ਨਹੀਂ ਗਏ ਕੁਛ ਲੋਕ ਸਿੱਧੂ ਨੂੰ ਐਜ਼ ਅ ਸਿੰਗਰ ਵਧੀਆ ਪਸੰਦ ਕਰਦੇ ਸੀ ਉਹਦੇ ਗਾਣੇ ਸੁਣਦੇ ਸੀ ਠੀਕ ਹੈ ਪਰ ਉਹ ਕਿੰਨਾ ਕੁ ਢੇਰ ਵਾਰ ਵਾਰ ਸਿੱਧੂ ਬਾਈ ਦੇ ਗਾਣੇ ਸੁਣਗੇ ਹੈ ਨਾ ਜਿਹੜੇ ਕੱਟੜ ਫੈਨ ਨੇ ਜਿਹੜੇ ਕਿ ਬਹੁਤ ਜ਼ਿਆਦਾ ਬਾਈ ਨੂੰ ਪਿਆਰ ਕਰਦੇ ਉਹ ਤਾਂ ਚਲੋ ਸੁਣਦੇ ਹੀ ਨੇ ਬਟ ਦੂਜੇ ਬੰਦੇ ਫਿਰ ਓਬਵੀਅਸਲੀ ਦੂਜੇ ਆਰਟਿਸਟਾਂ 'ਤੇ ਸ਼ਿਫਟ ਹੋ ਜਾਂਦੇ ਸੋ ਇਸੇ ਕਰਕੇ ਥੋੜ੍ਹਾ ਜਿਹਾ ਬੈਕ ਟੂ ਬੈਕ ਆਉਣ ਦੀ ਜ਼ਰੂਰਤ ਹੈਗੀ ਆ ਸਤਿ ਸ਼੍ਰੀ ਅਕਾਲ